ਲਓ ਜੀ ਵੋਟਾਂ ਪੈ ਗਈਆਂ। ਸਭ ਤੋਂ ਪਹਿਲੀ ਮੇਰੀ ਬੇਨਤੀ ਹੈਗੀ ਆ ਲੀਡਰਾਂ ਨੂੰ, ਤੁਸੀਂ ਨਾ ਬਾਈ ਜਾ ਕੇ ਹੱਥ ਹੁੱਥ ਧੋਵੋ ਚੰਗੀ ਤਰ੍ਹਾਂ। ਪਤੰਦਰ 3 ਮਹੀਨੇ ਹੋ ਗਏ ਫੈਵੀਕੋਲ ਹੀ ਥੱਪੀ ਫਿਰਦੇ ਆਈ ਰਹੇ ਨੇ, ਸਨ ਰੂਫਾਂ ਜਿਹਾ ਚੋਂ ਆਈ ਨਿਕਲਦੇ ਸੀ ਆਈ ਬਹਿ ਜਾਂਦੇ ਹੋਰ ਯਾਰ। ਅਤੇ ਦੂਜੀ ਬੇਨਤੀ ਹੈਗੀ ਆ ਕੁਛ ਕੁ ਮੇਰੇ ਵਰਗੇ ਜੁੱਲੀ ਚੱਕ ਵਰਕਰਾਂ ਲਈ, ਜਿਹੜੇ ਅੱਜ ਆਹ ਪਾਰਟੀ 'ਚ ਨੇ, ਜੈਸਟਰਡੇ ਕਿਸੇ ਹੋਰ 'ਚ ਸੀ, ਟਮਾਰੋ ਕਿਸੇ ਹੋਰ 'ਚ ਹੋਣਗੇ, ਡੇ ਆਫਟਰ ਟਮਾਰੋ ਹੋਰ ਹੋਰ। ਤੁਸੀਂ ਰਾਜੇ ਬਹੁਤ ਹਾਰਡ ਵਰਕ ਕੀਤਾ ਆਪਦੇ ਨੇਤਾ ਨਾਲ, ਆਪਦੇ ਲੀਡਰ ਨਾਲ, 46-47 ਡਿਗਰੀ 'ਤੇ ਪ੍ਰਚਾਰ ਕਰਾਇਆ, ਕੋਈ ਸੌਖਾ ਕੰਮ ਨਹੀਂ ਹੈਗਾ। ਹੁਣ ਲੂ ਦੇ ਫੂਕੇ ਹੋਏ ਲੀਡਰਾਂ ਨੇ ਭੱਜਣਾ ਪਹਾੜੀ 'ਤੇ, ਅਤੇ ਤੁਸੀਂ ਆ ਜਾਓ ਰਾਜੇ ਦਿਹਾੜੀ 'ਤੇ। ਆ ਗੱਲ ਸਿੱਧੀ ਆ, ਮੈਂ ਬਲੰਟਲੀ ਕਹਿ ਰਿਹਾ, ਇਹੀ ਆਪਸ਼ਨ ਆ ਜੁੱਲੀ ਚੱਕਾਂ ਲਈ, ਹੋਰ ਥੋੜ੍ਹਾ ਇੱਥੇ ਕੁਛ ਨਹੀਂ ਵੱਟਿਆ ਵੁੱਟਿਆ ਜਾਣਾ। ਆ ਵੋਟਾਂ ਜਾਂ ਜਿਹਦਾ ਬਾਹਲੇ ਰੰਗ ਦਿਖਾਏ ਕੁਛ ਕੁ ਬੰਦਿਆਂ ਨੇ। ਪਤੰਦਰ ਕੁੜੀਆਂ ਦੀ ਡੀਪੀ ਵਾਂਗੂ ਪਾਰਟੀ ਬਦਲ ਦਿੰਦੇ ਨੇ, ਕਦੇ ਐਂ ਖੜੇ ਨੇ, ਕਦੇ ਐਂ ਖੜੇ ਨੇ, ਕਦੇ ਐਂ ਖੜੇ ਨੇ, ਇਕੱਲਾ ਕੋਈ ਯਾਰ। ਉਹ ਸਿਆਣੇ ਕਹਿੰਦੇ ਹੁੰਦੇ ਨੇ ਇੱਕ ਥਾਂ 'ਤੇ ਬਹਿ ਜਾਓ, ਕਦੇ ਤਾਂ ਛਾਂ ਆਜੂਗੀ। ਮੈਨੂੰ ਤਾਂ ਖੈਰ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਸੀਗੀਆਂ ਵੀ ਤੂੰ ਕਿਸੇ ਪਾਰਟੀ ਬਾਰੇ ਜਾਂ ਕਿਸੇ ਬੰਦੇ ਬਾਰੇ ਨਹੀਂ ਬੋਲਣਾ, ਨਾਮ ਵੀ ਨਹੀਂ ਸੀ ਲੈ ਸਕਦੇ ਆਪਾਂ ਤਾਂ ਕਿਸੇ ਬੰਦੇ ਦਾ। ਮੈਂ ਬਹੁਤ ਰੱਸੇ ਤੜਾਏ, ਮੈਂ ਛੇਤੀ ਵੋਟਾਂ ਪੈਣ ਇਹਨਾਂ ਨੂੰ, ਮੈਂ ਦੂੰ ਧਨੇਸੜੀ। ਇੱਕ ਮੇਰੇ ਨਾਲ ਦਾ ਵੀ ਹੈਗਾ, ਉਹ ਪਹਿਲਾਂ ਅਕਾਲੀਆਂ ਦੇ ਕਿਸੇ ਵਿੰਗ ਦਾ ਪ੍ਰਧਾਨ ਸੀਗਾ, ਫਿਰ ਪਤੰਦਰ ਕਾਂਗਰਸ 'ਚ ਜਾ ਵੜਿਆ, ਉਹਨਾਂ ਨੇ ਵੀ ਕਿਸੇ ਵਿੰਗ ਵੁੰਗ ਦਾ ਪ੍ਰਧਾਨ ਲਾਤਾ, ਫਿਰ ਆਪ ਵਾਲਿਆਂ ਨਾਲ ਰਾਜਾ ਰਲਿਆ, ਇਹਨਾਂ ਨੇ ਵੀ ਕਿਸੇ ਵਿੰਗ ਦਾ ਪ੍ਰਧਾਨ ਲਾਤਾ, ਇਹਨਾਂ ਨੂੰ ਵੀ ਛੱਡ ਕੇ ਫਿਰ ਬੀਜੇਪੀ 'ਚ ਜਾ ਵੜਿਆ। ਹੁਣ ਐਤਕੀ ਕਹਿੰਦਾ ਮੈਂ ਬੀਜੇਪੀ ਛੱਡ ਕੇ ਆਪਦੀ ਪਾਰਟੀ ਬਣਾਉਣੀ। 5-4 ਕੁ ਪੱਤਰਕਾਰ ਪੱਟੀ ਬੈਠਾ ਹੈ, ਉਹ ਪੱਕੀ ਇਹਦੇ ਦਰਾਂ ਮੂਹਰੇ ਖੜੇ ਰਹਿੰਦੇ ਨੇ ਜਦੋਂ ਵੀ ਪਾਰਟੀ ਬਦਲ ਕੇ ਆਉਂਦਾ। ਤੋਤਾ ਜੀ ਨੇ ਆਖਿਰ ਆਪਣੇ ਪਦ ਤੋਂ ਅਸਤੀਫਾ ਸੌਂਪ ਦਿੱਤਾ ਪਾਰਟੀ, ਕਈ ਤਾਂ ਇੰਨੇ ਫਰੈਂਕ ਹੋ ਚੁੱਕੇ ਨੇ ਉਹ ਫਿਰ ਕਹਿੰਦੇ ਤੋਤਾ ਜੀ ਫਲਾਈ ਕਰ ਚੁੱਕੇ ਨੇ। ਉਹਦਾ ਬਾਪੂ ਵੀ ਇਸ ਗੱਲੋਂ ਪੂਰਾ ਦੁਖੀ ਆ। ਪਰਸੋਂ ਉੱਥੇ ਮੈਂ ਵਗ ਗਿਆ ਉਹਨਾਂ ਦੇ ਕਰਾਹ ਪਾਉਣ, ਉਹਨਾਂ ਦਾ ਚੌਧਰੀ ਵੀ ਲਾਣੇਦਾਰ ਮੂੰਹ ਜਿਹਾ ਬਣਾਈ ਬੈਠਾ, ਮਹਾਂ ਚਾਚਾ ਬਾਲਾ ਹੀ ਇਕੱਠ ਜਿਹਾ ਕਰੀ ਬੈਠੇ ਹੋ, ਘਰ ਮੂਹਰੇ ਸੌਖਾ ਵੀ ਤੋਤਾ ਨਹੀਂ ਦੀਂਦਾ। ਕਹਿੰਦਾ ਯਾਰ ਉਹਨੇ ਕੋਈ ਪਾਰਟੀ ਪੂਰਟੀ ਬਦਲੀ ਹੋਊ। ਮੈਂ ਕਿਹਾ ਹੁਣ ਫਿਰ ਬਦਲ ਲਈ ਪਾਰਟੀ? ਆਪਾਂ ਵੀ ਅੱਜ ਕੱਲ੍ਹ ਓਰੀਗੈਨੋ ਹੀ ਛਿੜਕੀ ਦਾ ਜ਼ਖਮਾਂ ਅਤੇ ਨੂਣ ਨਾਣ ਦਾ ਪੁਰਾਣੇ ਹੋ ਗਏ। ਕਹਿੰਦਾ ਪੁੱਛ ਨਾ ਭਤੀਜ, ਜਦ ਨੂੰ ਮੈਂ ਧਾਰ ਚੋ ਕੇ ਆਉਣਾ, ਇਹ ਤੜਕੇ ਨੂੰ ਸਾਡੇ ਬਾਹਰ ਲੈ ਕਰੇ ਕਿਸੇ ਨਵੀਂ ਪਾਰਟੀ ਨਾਲ ਕਾਨਫਰੰਸ ਰੱਖੀ ਬੈਠਾ ਹੁੰਦਾ। ਮੈਂ ਕਹਿੰਦਾ ਯੂਥ ਵਿੰਗ ਦਾ ਪ੍ਰਧਾਨ ਨਹੀਂ ਸੀ? ਕਹਿੰਦਾ ਕਿਹੜੇ ਵਿੰਗ ਵੁੰਗੇ ਦਾ, ਕਿ ਖੱਲ ਖੂੰਜੇ ਦਾ ਪ੍ਰਧਾਨ ਹੂੰ ਜਿਹੜਾ ਇੰਨੀ ਛੇਤੀ ਉਹਦਾ ਛੱਡ ਜਾਂਦਾ। ਸੋਨਾ ਦੇ ਲਾਣੇਦਾਰ ਨੂੰ ਲੁੱਤੀ ਲਾ ਕੇ ਮੈਂ ਤਾਂ ਹਜੇ ਨਿਕਲ ਨਹੀਂ ਲੱਗਿਆ ਸੀ, ਜਦ ਨੂੰ ਤੋਤਾ ਨਿਕਲਿਆ ਕਾਨਫਰੰਸ 'ਚ ਕਰਕੇ। ਮੈਨੂੰ ਕਹਿੰਦਾ ਆਓ ਮਨਾਲੀਆ ਸਾਹਿਬ ਕੀ ਹਾਲ ਚਾਲ? ਮੈਂ ਕਿਹਾ ਬਾਈ ਵੀ ਕੀ ਚੱਕਰ ਆ, ਵੀ ਤੂੰ ਪਹਿਲਾਂ ਮੈਨੂੰ ਸ਼ੁਰੂ ਤੋਂ ਦੱਸ ਵੀ ਤੂੰ ਪਹਿਲੀ ਪਾਰਟੀ ਕਿਉਂ ਛੱਡੀ? ਉਹਦਾ ਸੇਮ ਹੀ ਬਿਆਨ, ਕਹਿੰਦਾ ਉਹ 'ਚ ਮੇਰਾ ਦਮ ਘੁੱਟਦਾ ਸੀ। ਫਿਰ ਮੈਂ ਕਿਹਾ ਦੂਜੀ ਕਿਉਂ ਛੱਡੀ? ਕਹਿੰਦਾ ਉਹ 'ਚ ਵੀ ਮੇਰਾ ਦਮ ਘੁੱਟਦਾ ਸੀ। ਫਿਰ ਮੈਂ ਕਿਹਾ ਵੀ ਤੀਜੀ? ਕਹਿੰਦਾ ਉਹ 'ਚ ਵੀ ਦਮ ਘੁੱਟਦਾ ਸੀ। ਮੈਂ ਐਂ ਜਿਹਾ ਕਰਕੇ ਨਾ ਚਪਲੀ ਲਾ ਲਈ। ਮੈਂ ਕਿਹਾ ਮੇਰਾ ਸਾਲਾ ਤੂੰ ਦਮੇ ਦਾ ਮਰੀਜ਼ ਹੋ ਚੁੱਕਿਆ, ਜਾ ਕੇ ਦਯਾਨੰਦ 'ਚੋਂ ਪੰਪ ਲਿਆ, ਲੀਵਰ ਤੇਰਾ ਫੈਟੀ ਹੋਇਆ ਪਿਆ, ਤੂੰ ਪਾਰਟੀਆਂ ਬਦਲੀ ਜਾਣਾ, ਇਹਦੇ ਨਾਲ ਠੀਕ ਨਹੀਂ ਹੋਣਾ ਹੈ। ਓਏ ਹੋਰ ਯਾਰ, ਆ ਲੀਡਰਾਂ ਕੋਲ ਇੱਕੋ ਹੀ ਗੱਲ, ਪਾਰਟੀ ਬਦਲ ਕਹਿਣਗੇ ਉਹ 'ਚ ਸਾਡਾ ਦਮ ਘੁੱਟਦਾ ਸੀ, ਇਹਨਾਂ ਨੇ ਤੁਹਾਨੂੰ ਆਕਸੀਜਨ ਦੀ ਢੋਲੀ ਦਿੱਤੀ ਨਵੀਆਂ ਨੇ। ਜਿਹੜੇ ਵੀ ਲੀਡਰ ਦਾ ਦਮ ਘੁੱਟਦਾ ਬਾਈ ਬਣ ਕੇ, ਤੁਸੀਂ ਪਾਰਟੀ ਨਾ ਬਦਲਿਆ ਕਰੋ, ਐਵੇਂ ਵਰਕਰਾਂ ਨੂੰ ਹੈਰਾਨ ਕਰਦੇ ਹੋ, ਫਿਰ ਉਹ ਦੂਜੇ ਝੰਡੇ ਜੇ ਚੱਕਦੇ ਨੇ, ਤੁਸੀਂ ਤਾਂ ਏਸੀਆਂ 'ਚ ਬੈਠੇ ਰਹਿੰਦੇ ਹੋ, ਤੁਸੀਂ ਦਮੇ ਦੇ ਮਰੀਜ਼ ਹੋ ਗਏ ਹੋ, ਪੰਪ ਪੁੰਪ ਲਿਆ ਕਰੋ, ਜੋਗਾ ਜਾਗਾ ਕਰੋ, ਓਮ ਬਲੋਮ ਕਰਿਆ ਕਰੋ, ਬਹਿ ਕੇ ਚੱਕਦੇ ਨੇ ਮੂੰਹ, ਹੋਰ ਪਾਰਟੀ ਚੱਕਦੇ ਨੇ ਮੂੰਹ, ਐਂ ਦਮਾਂ ਠੀਕ ਹੋ ਜੂ। ਓਏ ਹੋਰ ਯਾਰ, ਅਗਲੀ ਮੇਰੀ ਬੇਨਤੀ ਲਾਸਟ ਦੇ ਉੱਪਰ ਹੈਗੀ ਆ ਜੀ, ਬਹੁਤ ਸਾਰੇ ਵਿਦਵਾਨਾਂ ਨੂੰ, ਜਿਹੜੇ ਫੇਸਬੁੱਕ ਇੰਸਟਾਗ੍ਰਾਮ 'ਤੇ ਆਪਾਂ ਵਿਦਵਾਨ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਚੁੱਕੇ ਨੇ। ਦੇਖੋ ਆਲਵੇਜ਼ ਵੋਟਾਂ ਪੈ ਚੁੱਕੀਆਂ ਨੇ, ਜਿਹਨੇ ਜਿਹਦਾ ਜੀ ਕਰਦਾ ਜਿਹਨੂੰ ਪਾਤੀ ਹੋਊ ਵੋਟ। ਆਲਵੇਜ਼ ਵੋਟਾਂ ਦੇ ਵਿੱਚ ਨਾ ਉਲਟ ਫੇਰ ਬਹੁਤ ਹੁੰਦਾ ਹੁੰਦਾ, ਜ਼ਿਆਦਾਤਰ ਵਿਦਵਾਨ ਝੂਠੇ ਪੈ ਜਾਂਦੇ ਹੁੰਦੇ ਨੇ, ਸੋ ਪਤਾ ਨਹੀਂ ਹੁੰਦਾ ਅਗਲਾ ਕਹਿ ਕਿਸੇ ਨੂੰ ਹੋਰ ਦਿੰਦਾ, ਪਾ ਕਿਸੇ ਨੂੰ ਹੋਰ ਦਿੰਦਾ। ਚਲੋ ਖੈਰ, ਲੋਕਾਂ ਦੀ ਮਰਜ਼ੀ ਆ ਜੀ, ਲੋਕਾਂ ਨੇ ਆਪਦੀ ਮਰਜ਼ੀ ਨਾਲ ਹੀ ਜਿਤਾਉਣਾ ਹੁੰਦਾ, ਸਰਕਾਰ ਬਣਾਉਣੀ ਹੁੰਦੀ ਆ। ਪਰ ਕੁਛ ਕੁ ਬੰਦੇ ਹੁੰਦੇ ਨੇ ਜਿਹੜੇ ਕਿਸੇ ਦੀ ਜਿੱਤ ਤੋਂ ਖੁਸ਼ ਨਹੀਂ ਹੁੰਦੇ।
ਸੋ ਉਹ ਸਾਰੇ ਵਿਦਵਾਨਾਂ ਨੂੰ ਮੈਂ ਬੇਨਤੀ ਕਰਦਾ ਵੀ ਆਪਣੇ ਕੋਲ ਅੱਜ ਦਾ ਦਿਨ ਹੀ ਹੈ। ਸੋ ਤੁਸੀਂ ਜੀ ਮਰੀ ਹੋਈ ਅਣਖ, ਮਰੀ ਹੋਈ ਜ਼ਮੀਰਾਂ ਵਾਲੇ, ਭੇਡਾਂ ਨੇ ਭੇਡਾਂ ਹੀ ਰਹਿਣਾ ਗਦਾਰ, ਤੇਰੀ ਜਿੱਤ ਨਾਲੋਂ ਸਾਡੇ ਹਾਰ ਦੇ ਚਰਚੇ ਵੱਧ ਆ, ਐਵੇਂ ਦੀਆਂ ਕੁਛ 8-10 ਟੈਂਪਲੇਟਾਂ ਅੱਜ ਹੀ ਲਿਖ ਕੇ ਰੱਖ ਲਓ। ਫਿਰ ਮੌਕੇ 'ਤੇ ਲਿਖਦਿਆਂ ਟਾਈਮ ਵੇਸਟ ਹੁੰਦਾ, ਇੱਕ ਦੂਜੇ ਨੂੰ ਆਪਾਂ ਫੋਰਵਰਡ ਕਰਨੀਆਂ ਸ਼ੁਰੂ ਕਰੀਏ ਆ, ਕਿਉਂਕਿ ਇਹ ਮੈਂ ਹਰੇਕ ਵੋਟਾਂ 'ਚ ਦੇਖਿਆ ਜਿਹੜਾ ਮਰਜ਼ੀ ਜਿੱਤੇ, 800-900 ਬੰਦਾ ਇਹੋ ਜਿਹਾ ਹੈਗਾ ਵੀ ਉਹਨੇ ਆਹੀ ਕੁਛ ਲਿਖਣਾ ਹੁੰਦਾ, ਮਰੀ ਹੋਈ ਅਣਖ ਵਾਲੇ, ਮਰ ਗਈ ਜ਼ਮੀਰ, ਭਿੱਡ। ਸੋ ਇਹ ਸਾਰੀਆਂ ਟੈਂਪਲੇਟਾਂ ਤਿਆਰ ਰੱਖੋ ਜੀ, 4 ਤਰੀਕ ਨੂੰ ਆਪਾਂ 11 ਵਜੇ ਨੂੰ ਇਹ ਸਾਰੀਆਂ ਪੋਸਟ ਕਰ ਦੇਣੀਆਂ ਨੇ, ਸ਼ੁਰੂ ਕਰ ਲੈਣੀਆਂ ਨੇ, ਕਿਉਂਕਿ ਦੇਖੋ ਪਤਾ ਨਹੀਂ ਹੁੰਦਾ ਵੀ ਉਲਟ ਫੇਰ ਤਾਂ ਹੋਣੀ ਹੋਣੇ ਹੁੰਦੇ ਨੇ, ਕੁਛ ਨਾ ਕੁਛ ਆਪਣੇ ਅੰਦਾਜ਼ੇ ਤੋਂ ਗਲਤ ਹੀ ਹੁੰਦਾ। ਇਹ ਐਗਜ਼ਿਟ ਪੋਲ ਦੇਣ ਵਾਲੇ ਦਾ ਕਦੋਂ ਆਪ ਐਗਜ਼ਿਟ ਕਰ ਜਾਂਦੇ ਨੇ ਪਤਾ ਨਹੀਂ ਲੱਗਦਾ। ਸੋ ਭਰਾਵੋ ਮਿਲ ਵਰਤ ਕੇ ਰਿਹਾ ਕਰੋ, ਜਿਹੜਾ ਬੰਦਾ ਵੀ ਜਿੱਤਦਾ ਹੁੰਦਾ ਉਹਨੂੰ ਉੱਥੋਂ ਦੇ ਲੋਕ ਹੀ ਜਿਤਾਉਂਦੇ ਨੇ, ਆਪਣੇ ਲੁਕਾਈ 'ਚ ਏਕਾ ਚਾਹੀਦਾ। ਇਹਦਾ ਕੋਈ ਮਤਲਬ ਨਹੀਂ ਹੁੰਦਾ ਫਲਾਨਾ ਜਿੱਤ ਗਿਆ, ਉਹਦੇ ਵਰਕਰ ਜਾਂ ਉਹਦੇ ਸਪੋਰਟਰ ਭੇਡਾਂ ਹੋ ਗਏ, ਇਟ ਮੀਨਸ ਦਾ ਕੋਈ ਨਾ ਕੋਈ ਕਿਸੇ ਦੀ ਭੇਡ ਹੈਗੀ ਆ, ਹੋਰ ਦੂਜਾ ਕਿਹੜਾ ਫਿਰ ਬੱਕਰਾ। ਜਾਂ ਭਰਾਵੋ ਇੰਗਲਿਸ਼ 'ਚ ਆ ਜਾਓ, ਭੇਡਾਂ ਸੁਣ ਸੁਣ ਅੱਕ ਗਏ ਯਾਰ, ਹੁਣ ਲੈਮ ਕਹਿ ਦਿਆ ਕਰੋ, ਲੈਮ ਭੇਡੂ, ਕੋਈ ਜੈਂਡਰ ਤਾਂ ਚੇਂਜ ਕਰੋ ਯਾਰ। ਸੋ ਭੇਡ ਬੰਦਾ ਕੁਛ ਵੀ ਹੈ ਜੀ, ਸਿਰਫ ਅਕਾਲ ਪੁਰਖ ਦਾ ਹੋਣਾ ਚਾਹੀਦਾ। ਇਹ ਪਾਰਟੀਆਂ ਇਹ ਸਾਰਾ ਕੁਛ, ਇਹ ਪਾਰਟੀਆਂ ਇਹ ਸਾਰਾ ਕੁਛ, ਇਹ ਇੱਕ ਅਕਾਲ ਪੁਰਖ ਦੀ ਖੇਡ ਦੇ ਵਿੱਚ ਕਿਣਕਾ ਮਾਤਰ ਇੱਕ ਗੇਮ ਹੈ। ਸੋ ਜਿਹੜਾ ਵੀ ਬੰਦਾ ਜਿੱਤਦਾ ਜੀ, ਸਾਡੇ ਵੱਲੋਂ ਐਡਵਾਂਸ ਵਧਾਈਆਂ ਤੁਹਾਡੀ ਸਾਰੀ ਟੀਮ ਨੂੰ, ਸਾਰੇ ਲੀਡਰਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਆ, ਸਾਰੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਆ, ਰੱਬ ਕਰੇ ਤੁਹਾਨੂੰ ਸਮੱਤ ਰੱਬ ਐਵੇਂ ਬਖਸ਼ੇ ਕਿ ਤੁਸੀਂ ਲੋਕਾਂ ਦੇ ਕੰਮ ਆਉਂਦੇ ਰਹੋ, ਲੜਿਓ ਲੜਿਓ ਨਾ। ਸੋ ਬਿਲੜਾ ਤੁਸੀਂ ਰਾਜੇ ਟ੍ਰਾਈਸੈਪਸ ਦੀਆਂ ਐਕਸਰਸਾਈਜ਼ਾਂ ਲਾ ਕੇ ਰੱਖੋ, ਆਹ ਏਸੀ 'ਚ ਬਹਿ ਕੇ ਆਪਾਂ ਰਿਜ਼ਲਟ ਦੇਖਣੇ ਨੇ, ਜਿਹੜਾ ਜਿੱਤ ਗਿਆ ਆਪਾਂ ਬਾਹਰ ਉਹਦੇ ਨਾਂ ਹੀ ਲਾਉਂਦੇ ਆਉਣਾ। ਇਕੱਠੇ ਹੋ ਯਾਰ, ਠੀਕ ਹੈ ਯਾਰ ਫਿਰ।